ਸਤਿ ਸ਼੍ਰੀ ਅਕਾਲ ਜੀ। ਵਾਹ ਜੀ ਵਾਹ, ਆਨੰਦ ਆ ਗਿਆ ਨਾ ਵੇਖ ਕੇ। ਕਿਆ ਬਾਤਾਂ, ਵੇਖੋ ਟਕੋਮਾ ਦੇ ਫੁੱਲ ਆ, ਜਿਵੇਂ ਸੱਜਰੀ ਵੀ ਆਈ ਦੇ ਫੁਲਕਾਰੀ ਦੇ ਫੁੱਲ ਨਹੀਂ ਕੱਢੀ ਦੇ, ਉਵੇਂ ਫੁੱਲ ਕੱਢੇ ਹੋਏ ਆ। ਅਤੇ ਵੇਖ ਕੇ ਨਾ ਇੱਕ ਵੱਖਰਾ ਜਿਹਾ ਸਕੂਨ ਮਿਲਦਾ ਵੀ ਯਾਰ ਕਿਆ ਬਾਤਾਂ ਯਾਰ, ਕੁਦਰਤ ਨੇ ਇਹੋ ਜਿਹੀਆਂ ਚੀਜ਼ਾਂ ਹੀ ਬਣਾਈਆਂ। ਆਹ ਵੇਖ ਲਓ ਤੁਸੀਂ, ਵਿਆਹ 'ਚ ਫੁਲਕਾਰੀ ਅਤੇ ਫੁੱਲ ਇਹੋ ਜਿਹੇ ਕੱਢੇ ਹੁੰਦੇ ਆ, ਅਤੇ ਕਿੱਡਾ ਸੋਹਣਾ ਲੱਗ ਰਿਹਾ ਵੇਖੋ। ਅਤੇ ਘਰ ਦੇ ਵਿੱਚ ਸੰਦੀਪ ਧੌਲੇ ਬਾਈ ਦੇ ਘਰ ਖੜ੍ਹਾ, ਅਤੇ ਇੰਨੇ ਕੁ ਫੁੱਲ ਨਾ ਉਹ ਵੇਖੋ, ਸੱਕਰ ਖੋਰਾ ਚਿੜੀ ਵੀ ਉੱਤੇ ਵੇਖੋ, ਆਨੰਦ ਲੈ ਰਹੀ ਹੈ ਪੂਰੇ ਉੱਧਰ ਵੇਖੋ, ਪੂਰੇ ਆਨੰਦ ਲੈ ਰਹੀ ਹੈ। ਉਹ ਵੇਖੋ ਇਹ ਚੀਜ਼ਾਂ ਮਿਲਦੀਆਂ ਕਿਤੋਂ, ਇਹ ਕੋਈ ਬਾਜ਼ਾਰਾਂ 'ਚੋਂ ਨਹੀਂ ਮਿਲਦੀਆਂ ਅਤੇ ਨਾ ਇਹ ਵਿਕਦੀਆਂ ਕਿਤੇ, ਇਹ ਤਾਂ ਬਸ ਕੁਦਰਤ ਦੀ ਗੋਦ ਦੇ ਵਿੱਚ ਹੈ, ਇਹ ਉੱਥੋਂ ਹੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਜਾਂ ਉੱਥੇ ਹੀ ਵੇਖੀਆਂ ਜਾ ਸਕਦੀਆਂ। ਬਾਕੀ ਤਾਂ ਇੱਥੇ ਜਿਹੜੀਆਂ ਨਕਲੀ ਫੁੱਲ ਅਤੇ ਜਿੰਨੇ ਮਰਜ਼ੀ ਬਾਜ਼ਾਰ 'ਚੋਂ ਲੈ ਲਓ, ਪਰ ਆਹ ਚੀਜ਼ਾਂ ਨਹੀਂ ਮਿਲਣੀਆਂ ਟਕੋਮਾ ਵਰਗੇ ਫੁੱਲ। ਅਤੇ ਜਿਹਨੂੰ ਕਹਿ ਦਈਏ ਵੀ ਰੁੱਖਾਂ ਦਾ ਜਨਮਦਾਤਾ ਵੀ ਕਹਿ ਸਕਦੇ ਹਾਂ, ਵੀ ਰੁੱਖਾਂ ਨਾਲ ਪਿਆਰ ਆ ਔਰ ਕੁਦਰਤ ਦੇ ਪੰਛੀਆਂ ਨਾਲ ਪਿਆਰ ਹੈ, ਕੁਦਰਤ ਨਾਲ ਅਥਾਹ ਪਿਆਰ ਹੈ। ਜਿਹਨੂੰ ਕਹਿ ਦਈਏ ਕੋਈ ਸੀਮਾ ਨਹੀਂ ਹੁੰਦੀ ਪਿਆਰ ਦੀ, ਉਵੇਂ ਇਸ ਵੀਰ ਦੀ ਸਾਡੇ ਸੰਦੀਪ ਧੌਲੇ ਦੀ ਕੋਈ ਸੀਮਾ ਨਹੀਂ। ਵੇਖੋ ਅੱਜ ਫਿਰ ਮੈਂ ਪਿਲਕਣ ਲੈ ਕੇ ਚੱਲਿਆ ਬਾਈ ਕੋਲੋਂ, ਲਗਭਗ 200 ਦੇ ਕਰੀਬ ਬੂਟਾ ਅੱਜ ਫਿਰ ਲੈ ਕੇ ਆ। ਪਹਿਲਾਂ ਵੀ 200 ਬੂਟਾ ਲੈ ਗਿਆ ਸੀ ਪਿਲਕਣ ਦਾ ਅਸੀਂ, ਅਤੇ ਉਹ ਲੱਗ ਚੁੱਕਿਆ ਸਾਡਾ ਅਲੱਗ ਅਲੱਗ ਜਗ੍ਹਾ 'ਤੇ, ਅਤੇ ਐਤਕੀ ਇਹਨਾਂ ਨੂੰ ਵੀ ਜਾ ਕੇ ਇਹਨਾਂ ਦੀ ਵੀ ਸੇਵਾ ਕਰਨੀ ਹੈ ਅਸੀਂ। ਅਤੇ ਬਾਈ ਦਾ ਦਿਲੋਂ ਸਤਿਕਾਰ ਆ, ਕੁਦਰਤ ਪ੍ਰੇਮੀ ਬਾਈ ਦੀ ਸਪੋਰਟ ਕਰਿਆ ਕਰੋ। ਬਾਈ ਦਾ ਪੇਜ ਆ ਮਾਲਵੇ ਦੇ ਪੁੱਤ, ਇੱਕ ਵਾਰੀ ਫਿਰ ਸੁਣ ਲਓ, ਮਾਲਵੇ ਦੇ ਪੁੱਤ ਬਾਈ ਦਾ ਪੇਜ ਆ, ਜ਼ਰੂਰ ਲਾਈਕ ਅਤੇ ਸ਼ੇਅਰ ਕਰਿਆ ਕਰੋ, ਕਿਉਂਕਿ ਬਾਈ ਜੇ ਤੁਸੀਂ ਚੰਗੀ ਚੀਜ਼ ਨੂੰ ਪ੍ਰਮੋਟ ਕਰੋਗੇ ਤਾਂ ਤੁਹਾਨੂੰ ਚੰਗੀ ਚੀਜ਼ ਹੀ ਮਿਲੂਗੀ। ਜੇ ਤੁਸੀਂ ਮਾੜੀ ਨੂੰ ਕਰਦੇ ਹਾਂ, ਤੁਸੀਂ ਵੇਖੋਗੇ ਜਿਨ੍ਹਾਂ ਨੇ ਕੋਈ ਪੰਜਾਬ ਲਈ, ਕੋਈ ਉਹਨਾਂ ਦਾ ਦਿਮਾਗ ਨਹੀਂ ਕੰਮ ਕਰਦਾ, ਕੋਈ ਪੰਜਾਬ ਲਈ ਬੋਲੇ ਨਹੀਂ, ਪੰਜਾਬ ਧਰਤੀ ਲਈ ਨਹੀਂ ਬੋਲੇ ਕਦੇ, ਧਰਤੀ 'ਤੇ ਰੁੱਖ ਨਹੀਂ ਲਾਇਆ, ਤੁਸੀਂ ਉਹਨਾਂ ਦੇ ਇੱਕ ਇੱਕ ਮਿਲੀਅਨ ਫੋਲੋਵਰ ਬਣਾ ਰੱਖੇ ਆ, ਅਤੇ ਇਹੋ ਜਿਹੇ ਬੰਦਿਆਂ ਦੇ 10-12 ਹਜ਼ਾਰ ਫੋਲੋਵਰ ਯਾਰ, ਸਾਨੂੰ ਵੈਸੇ ਹੀ ਸ਼ਰਮ ਆਉਣੀ ਚਾਹੀਦੀ ਹੈ, ਕਿਉਂਕਿ ਬੰਦਾ ਧਰਤੀ ਨੂੰ ਘੱਟੋ ਘੱਟ 1,00,000 ਬੂਟਾ ਲਾ ਚੁੱਕਿਆ ਹੁਣ ਤੱਕ, ਅਤੇ ਕਿੰਨੇ ਆਲ੍ਹਣੇ ਲਾ ਚੁੱਕਿਆ ਪੰਛੀਆਂ ਲਈ। ਅਤੇ ਮੇਰਾ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਭਰਾ ਨੂੰ ਸਪੋਰਟ ਜ਼ਰੂਰ ਕਰਿਆ ਕਰੋ। ਕੋਈ ਇੱਕ ਤੁਸੀਂ ਤੁਹਾਡੇ ਤੋਂ ਇੱਕ ਸਪੋਰਟ ਮੰਗਦਾ ਹੈ ਨਾ, ਕੋਈ ਤੁਹਾਡੇ ਤੋਂ ਪੈਸਾ ਨਹੀਂ ਮੰਗਦਾ, ਕੋਈ ਤੁਹਾਨੂੰ ਕਹਿੰਦਾ ਡੋਨੇਸ਼ਨ ਦਿਓ, ਕੁਛ ਨਹੀਂ, ਇਕੱਲਾ ਸਪੋਰਟ ਮੰਗਦਾ। ਬੰਦੇ ਦੀ ਹੌਸਲਾ ਅਫਜਾਈ ਹੋ ਜਾਂਦੀ ਜਦੋਂ ਆਪਾਂ ਕਿਸੇ ਨੂੰ ਸਪੋਰਟ ਕਰਦੇ, ਕਿਸੇ ਨੂੰ ਸ਼ੇਅਰ ਕਰਦੇ ਹਾਂ, ਉਹ ਰੁੱਖ ਲਾਉਂਦਾ ਔਰ ਰੁੱਖਾਂ ਨੂੰ ਪ੍ਰਮੋਟ ਕਰ ਰਿਹਾ, ਅਤੇ ਪੰਛੀਆਂ ਦੇ ਆਲ੍ਹਣਿਆਂ ਨੂੰ ਪ੍ਰਮੋਟ ਕਰ ਰਿਹਾ, ਕਿਉਂਕਿ ਬਾਈ ਨੇ ਆਲ੍ਹਣੇ ਵੀ 1,00,000 ਦੇ ਕਰੀਬ ਆਲ੍ਹਣੇ ਲਾ ਤੇ, 1,00,000 ਦੇ ਕਰੀਬ ਇਹਨੇ ਰੁੱਖ ਲਾ ਚੁੱਕਿਆ, ਅਤੇ ਜੇ ਆਪ ਵੀ ਲਾਉਂਦਾ ਤਾਂ ਦਿੰਦਾ ਵੀ ਸਾਡੇ ਵਰਗਿਆਂ ਨੂੰ। ਅਸੀਂ ਮਾਤਰ ਬੰਦੇ ਤੋਂ ਰੁੱਖ ਲੈ ਜਾਂਦੇ ਚੱਕ ਕੇ, ਕਿਉਂਕਿ ਬਾਈ ਕੋਲ ਕਈ ਵਾਰੀ ਆ ਜਾਂਦੇ ਵੱਧ, ਅਤੇ ਕਹਿੰਦਾ ਯਾਰ ਚੱਕ ਕੇ ਲੈ ਜਾਓ, ਮੇਰੇ ਕੋਲ ਵਾਧੂ ਪਏ ਆ। ਅਤੇ ਆਹ ਵੇਖੋ ਪਿਲਕਣ, ਬਹੁਤ ਵਧੀਆ ਜਿਹੜਾ ਬੂਟੇ ਦਿੱਤੇ ਨੇ ਪਿਲਕਣ ਦੇ ਸਾਨੂੰ, ਜਿਹੜੇ 2-2 ਸਾਲਾਂ ਦੇ ਬੂਟੇ ਆ। ਅਤੇ ਬੇਨਤੀ ਆ ਸਾਡੀ ਇੱਕ ਪੰਜਾਬ ਦੀ ਆਵਾਮ ਨੂੰ, ਅਤੇ ਬਾਈ ਦੀ ਸਪੋਰਟ ਕਰਿਆ ਕਰੋ ਸੁਦੀਪ ਧੌਲੇ ਦੀ। ਚਲੋ ਇਹੋ ਜਿਹੇ ਮਿੱਤਰ ਪਿਆਰਿਆਂ ਨੂੰ ਜੇ ਸਪੋਰਟ ਕਰੋਗੇ ਤਾਂ ਪਰਮਾਤਮਾ ਵੈਸੇ ਹੀ ਖੁਸ਼ ਹੋ ਜੂਗਾ ਯਾਰ, ਕਿਸੇ ਵਧੀਆ ਚੰਗੇ ਬੰਦੇ ਦੀ ਸਪੋਰਟ ਕਰ ਰਹੇ ਹਾਂ। ਅਤੇ ਜੇ ਅਸੀਂ ਕਰਾਂਗੇ, ਤੁਹਾਨੂੰ ਪਤਾ ਹੀ ਆ ਫੇਸਬੁੱਕ 'ਤੇ ਕਿਹੋ ਜਿਹੇ ਬੰਦੇ ਆਏ ਬੈਠੇ ਆ ਨਾ, ਅਤੇ ਫਿਰ ਤੁਹਾਨੂੰ ਪਤਾ ਫਿਰ ਪੰਜਾਬ ਦਾ ਤਾਂ ਰੱਬ ਰੱਖਾ ਹੀ ਹੈ ਨਾ, ਕਿਉਂਕਿ ਜਿਹੜਾ ਬੰਦਾ ਦਿਨ ਰਾਤ ਇਹ ਕੀਤੀ ਹੋਈ ਆ ਵੀ ਧਰਤੀ ਨੂੰ ਹਰਿਆ ਭਰਿਆ ਕਰੀਏ, ਕੁਦਰਤ ਦੇ ਪੰਛੀਆਂ ਨੂੰ ਪਿਆਰ ਕਰੀਏ, ਅਤੇ ਫਿਰ ਤੁਸੀਂ ਆਪ ਹੀ ਸਮਝ ਗਏ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਕਹਿੰਦਾ ਚੌਧਰੀ ਜੀ ਨਾਲ ਲਾਈਏ ਅਤੇ ਦਿਲ ਤੋਂ ਲਾਈਏ, ਅਤੇ ਕਦੇ ਵਕਤ ਗੁਜ਼ਾਰੀ ਨਹੀਂ ਕੀਤੀ, ਸਾਨੂੰ ਮਤਬਲ ਨਾਲ ਵੀ ਮਤਬਲ ਨਹੀਂ, ਮਤਬਲ ਦੀ ਯਾਰੀ ਨਹੀਂ ਕੀਤੀ। ਚੌਧਰੀ ਤਕੜੇ ਨੂੰ ਲਲਕਾਰਦੇ ਰਹੇ ਅਤੇ ਮਾੜੇ ਨਾਲ ਮਾੜੀ ਨਹੀਂ ਕੀਤੀ, ਸੰਦੀਪ ਸਿੰਘ ਜੀ ਦੇ ਨਾਲ ਇੱਕ ਵੀ ਯਾਰੀ।